हाँ जी, सत श्री अकाल सारिया नूं। आई होप तुसी सारे वधिया होवोंगे। तो चलो फिर करते हैं वीडियो स्टार्ट। अज किहड़ा टॉपिक वा जिहदे बारे आपां दसणा वा, ओह वा जी रशिया। रशिया दे बारे चलो फिर करते हैं स्टार्ट वीडियो। सब तो पहलों तुहानूं चाहीदा वा एक पासपोर्ट जो 6 महीने वैलिड होना चाहिए वा, ठीक है जी। ये मैं जानकारी दसण दिया वा इंडियन पासपोर्ट होल्डर लई, ठीक है जी। ओनली इंडियन पासपोर्ट होल्डर ਤੁਹਾਡੇ ਕੋਲ ਇੱਕ ਪਾਸਪੋਰਟ ਹੋਣਾ ਚਾਹੀਦਾ ਵਾ, 6 ਮਹੀਨੇ ਪੁਰਾਣਾ। ਇੱਕ ਪਾਸਪੋਰਟ ਸਾਈਜ਼ ਫੋਟੋ ਚਾਹੀਏ ਔਰ ਚਾਹੀਏ ਇਨਵੀਟੇਸ਼ਨ ਲੈਟਰ, ਜੋ ਮਿਲ ਜਾਂਦਾ ਹੈ ਬਹੁਤ ਈਜ਼ੀਲੀ ਤੁਹਾਨੂੰ। ਹਾਂਜੀ, ਹੁਣ ਤੁਹਾਡੇ ਮਨ 'ਚ ਬਹੁਤ ਸਵਾਲ ਹੋਣਗੇ ਇਸ ਤੋਂ ਬਾਅਦ ਆਪਾਂ ਨੂੰ ਕੀ ਚਾਹੀਦਾ। ਇਸ ਤੋਂ ਬਾਅਦ ਤੁਹਾਨੂੰ ਕੁਛ ਨਹੀਂ ਚਾਹੀਦਾ, ਕੰਪਨੀ ਦੀ NOC ਲੈਟਰ ਵੀ ਨਹੀਂ ਚਾਹੀਦਾ। ਅਗਰ ਤੁਸੀਂ ਕਿਸੇ ਵੀ ਵੀਜ਼ਾ, ਤੁਹਾਡੇ ਕੋਈ ਵੀ ਵੀਜ਼ਾ ਹੋਵੇ, ਡਰਾਈਵਰ ਵੀਜ਼ਾ ਹੋਵੇ, ਲੇਬਰ ਕਰਦੇ ਹੋਵੋ, ਕਲੀਨਰ ਹੋਵੋ, ਫੋਰਮੈਨ ਦਾ ਵੀਜ਼ਾ ਹੋਵੇ, ਕੋਈ ਵੀ ਵੀਜ਼ਾ ਚੱਲੂਗਾ ਇੱਥੇ, ਮੁਸ਼ਕਲ ਕੋਈ ਨਹੀਂ ਆ। ਤੁਸੀਂ ਬਸ ਇਹ ਕੰਟਰੀ ਤੁਹਾਨੂੰ ਅਲਾਊ ਵੀ ਕਰਦੀ ਆ 30 ਦਿਨ ਲਈ ਕਿ ਤੁਸੀਂ ਵਿਦਾਊਟ ਵੀਜ਼ਾ ਜਾ ਸਕਦੇ ਹੋ, ਬਟ ਇਹ ਬਹੁਤ ਸਪੈਸੀਫਿਕ ਕੇਸਿਸ ਆ ਜਿਹਦੇ ਵਿੱਚ ਤੁਸੀਂ 30 ਦਿਨ ਉੱਥੇ ਸਟੇਅ ਕਰ ਸਕਦੇ ਹੋ, ਠੀਕ ਆ ਜੀ। ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਹੋਊਗਾ ਇੱਕ ਇਨਵੀਟੇਸ਼ਨ ਲੈਟਰ ਜੋ ਕਿ ਉੱਥੋਂ ਦੀ ਅਥੋਰਿਟੀ ਤੁਹਾਨੂੰ ਪ੍ਰੋਵਾਈਡ ਕਰਵਾਉਂਦੀ ਆ। ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦੇ ਦੂੰਗਾ। ਅਗਰ ਤੁਸੀਂ ਆਪਣੇ ਆਪ ਉਹ ਇਨਵੀਟੇਸ਼ਨ ਲੈਟਰ ਮੰਗਵਾ ਸਕਦੇ ਹੋ ਤਾਂ $5 ਤੋਂ $10 ਲੈਂਦੇ ਆ ਉਹ, ਵਿਦ ਇਨ 1 ਆਵਰ ਦੇ ਅੰਦਰ ਅੰਦਰ ਤੁਹਾਨੂੰ ਇਨਵੀਟੇਸ਼ਨ ਲੈਟਰ ਦੇ ਦੇਣਗੇ। ਉਸ ਤੋਂ ਬਾਅਦ ਤੁਸੀਂ ਅੱਗੇ ਦਾ ਪ੍ਰੋਸੈਸ ਕਰ ਸਕਦੇ ਹੋ। ਅਤੇ ਚੌਥੀ ਗੱਲ, ਤੁਸੀਂ ਮੈਡੀਕਲ ਇੰਸ਼ੋਰੈਂਸ ਤੁਹਾਡਾ ਚਾਹੀਦਾ ਵਾ। ਮੈਡੀਕਲ ਇੰਸ਼ੋਰੈਂਸ ਵਿੱਚ ਇਹ ਹੁੰਦਾ ਵਾ ਕਿ ਤੁਸੀਂ ਕਿਤੇ ਵੀ ਜਾ ਸਕਦੇ ਹੋ, ਇਨ ਦਾ ਸੈਂਸ ਅਗਰ ਰੱਬ ਨਾ ਕਰੇ ਕਿ ਤੁਹਾਡੇ ਨਾਲ ਹਵੀ ਨਵੀ ਹੋ ਜਾਵੇ, ਤੁਹਾਨੂੰ ਫੀਵਰ ਹੋ ਜਾਵੇ ਜਾਂ ਹੋਰ ਕੁਛ ਪ੍ਰੋਬਲਮ ਹੋ ਜਾਵੇ, ਤਾਂ ਤੁਸੀਂ ਕੁਛ ਮੈਡੀਕਲ ਇੰਸ਼ੋਰੈਂਸ ਤੋਂ ਸਾਰਾ ਕੁਛ ਕਵਰ ਕਰ ਲਓ। ਅਤੇ ਤੁਹਾਡਾ ਜਿਹੜਾ UAE ਦਾ ਵੀਜ਼ਾ ਉਹ ਵੈਲਿਡ ਹੋਣਾ ਚਾਹੀਦਾ ਵਾ। ਹੁਣ ਮੋਸਟ ਇੰਪੋਰਟੈਂਟ ਗੱਲ ਕਿ ਇਹਦਾ ਖਰਚਾ ਕਿੰਨਾ ਆਉਂਦਾ ਹੋਊਗਾ। ਬਾਈ, ਇਹਦਾ ਖਰਚਾ ਆਉਂਦਾ ਵਾ ਜੀ 110 ਦਰਾਮ ਸਿੰਗਲ ਐਂਟਰੀ ਦਾ, ਡਬਲ ਐਂਟਰੀ ਦਾ ਆਉਂਦਾ 180 ਦਰਾਮ, ਅਤੇ ਮਲਟੀਪਲ ਐਂਟਰੀ ਦਾ ਆਉਂਦਾ ਵਾ 330 ਦਰਾਮ ਖਰਚਾ, ਠੀਕ ਆ ਜੀ। ਉਸ ਤੋਂ ਬਾਅਦ ਤੁਸੀਂ ਕੋਵਿਡ ਟੈਸਟ ਕਰਾਉਣਾ ਵਾ, ਜਹਾਜ਼ ਦੀ ਟਿਕਟ ਕਰਵਾਉਣੀ ਆ, ਆਉਣ ਦੀ ਜਾਣ ਦੀ ਹੋਟਲ ਬੁਕਿੰਗ ਕਰਵਾਉਣੀ ਆ। ਹਾਂਜੀ, ਕੋਈ ਵੀ ਫੇਕ ਡਾਕੂਮੈਂਟ ਨਾ ਲਾਇਓ ਕਿ ਤਾਂ ਕਿ ਤੁਹਾਨੂੰ ਇਮੀਗ੍ਰੇਸ਼ਨ ਵਿੱਚ ਪ੍ਰੋਬਲਮ ਆਵੇ। ਪ੍ਰੋਪਰ ਤੁਸੀਂ ਆਉਣ ਦੀ ਅਤੇ ਜਾਣ ਦੀ ਟਿਕਟ ਕਰਾਓ, ਉਸ ਤੋਂ ਬਾਅਦ ਹੋਟਲ ਬੁਕਿੰਗ ਕਰਾਓ ਜਾਂ ਹੋਸਟਲ ਦੀ ਬੁਕਿੰਗ ਕਰਾਓ। ਇੱਦਾਂ ਨਹੀਂ ਗਾ ਕਿ ਤੁਸੀਂ ਪਹਿਲਾਂ ਹੀ ਪੇ ਕਰ ਦੇਣਾ ਵਾ ਸਭ ਕੁਛ, ਤੁਸੀਂ ਬਾਅਦਾਂ 'ਚ ਵੀ ਪੇ ਕਰ ਸਕਦੇ ਹੋ। ਲਾਈਕ ਬਹੁਤ ਸਾਰੀਆਂ ਐਪਲੀਕੇਸ਼ਨਾਂ ਲਾਈਕ booking.com 'ਤੇ ਤੁਸੀਂ ਪਹਿਲਾਂ ਉੱਥੇ ਆਪਦਾ ਰਿਜ਼ਰਵ ਕਰਾ ਲਓ ਕਿ ਹਾਂਜੀ ਇੰਨੀ ਤਰੀਕ ਨੂੰ ਅਸੀਂ ਆਵਾਂਗੇ, ਇੰਨੀ ਨੂੰ ਅਸੀਂ ਆਊਟ ਹੋਣਾ ਵਾ। ਉਸ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਪੇਮੈਂਟ ਕਰ ਦਿਓ। ਬਸ ਸਿੰਪਲ ਜਿਹਾ ਮੈਥਡ ਆ ਕਿ ਤੁਸੀਂ ਪੇ ਬਾਅਦਾਂ 'ਚ ਕਰ ਦਿਓ, ਮੁਸ਼ਕਲ ਨਹੀਂ ਆ। ਬਟ ਜਿਹੜੀ ਬੁੱਕ ਏਅਰ ਟਿਕਟ ਆ ਉਹ ਤੁਹਾਡੀ ਕਨਫਰਮ ਹੀ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਅਗਰ ਕਨਫਰਮ ਨਹੀਂ ਹੋਊਗੀ ਤਾਂ ਮੇ ਬੀ ਤੁਸੀਂ ਡਿਪੋਰਟ ਵੀ ਹੋ ਜਾਵੋ ਉੱਥੋਂ। ਹਾਂਜੀ, ਸਭ ਤੋਂ ਇੰਪੋਰਟੈਂਟ ਗੱਲ, ਫੇਕ ਡਾਕੂਮੈਂਟ ਕੋਈ ਨਾ ਲਾਓ ਕਿ ਤੁਹਾਡਾ ਜਿਹੜਾ ਵਾ ਹਿਸਟਰੀ ਆ ਉਹ ਖਰਾਬ ਹੋਵੇ, ਕਿਉਂਕਿ ਇਹ ਰਾਹ ਖੋਲ੍ਹਦਾ ਵਾ ਯੂਰੋਪ ਲਈ। ਜਿੱਦਾਂ ਕਿ ਤੁਸੀਂ ਰਸ਼ੀਆ ਚਲੇ ਜਾਓ, ਫਿਰ ਸਰਬੀਆ ਚਲੇ ਜਾਓ, ਜੋਰਜੀਆ ਚਲੇ ਜਾਓ, ਅਲਬੇਨੀਆ ਚਲੇ ਜਾਓ, ਇਹ ਤੁਹਾਡਾ ਖੋਲ੍ਹਦਾ ਵਾ ਸ਼ੈਨਗਨ ਜ਼ੋਨ ਦਾ ਰਾਹ, ਕਿਉਂਕਿ ਉਸ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ ਸ਼ੈਨਗਨ ਵੀਜ਼ਾ ਲਈ। ਇਹ ਮੈਂ ਗਰੰਟੀ ਨਹੀਂ ਲੈਂਦਾ ਕਿ ਤੁਹਾਨੂੰ 100% ਹੀ ਵੀਜ਼ਾ ਮਿਲ ਜੂਗਾ, ਬਟ ਅਗਰ ਤੁਹਾਡੀ ਟਰੈਵਲ ਹਿਸਟਰੀ ਹੋਊਗੀ ਤਾਂ 80% ਚਾਂਸ ਵਾ ਕਿ ਤੁਹਾਨੂੰ ਸ਼ੈਨਗਨ ਵੀਜ਼ਾ ਮਿਲ ਜੂਗਾ। ਫਸਟ ਵਿੱਚ ਮੈਂ ਇੱਕ ਵਾਰ ਫਿਰ ਇਹ ਰਿਪੀਟ ਕਰਦਾ ਵਾਂ ਕਿ ਭਾਅ ਜੀ ਮੈਨੂੰ ਬਹੁਤ ਕੁਐਸਚਨ ਆਉਂਦੇ ਆ ਟਿਕਟੋਕ 'ਤੇ ਕਿ ਤੁਸੀਂ ਡੋਂਕੀ ਦਾ ਦੱਸੋ। ਭਾਅ ਜੀ ਆਈ ਐਮ ਸੋਰੀ, ਮੈਂ ਡੋਂਕੀ ਦਾ ਨਹੀਂ ਦੱਸ ਸਕਦਾ ਕਿਉਂਕਿ ਮੈਂ ਉਹ ਸਪੋਰਟ ਨਹੀਂ ਕਰਦਾ ਕਿ ਤੁਸੀਂ 2 ਨੰਬਰ 'ਚ ਜਾਓ। ਜੋ ਵੀ ਕਰਦਾ ਵਾਂ ਲੀਗਲੀ ਕਰੋ, ਟਾਈਮ ਲੱਗੂਗਾ, ਆਪਦੀ ਸਟੇਟਮੈਂਟ ਬਣਾਓ, ਟਾਈਮ ਲੱਗੂਗਾ, ਸਾਰਾ ਕੁਛ ਹੋਊਗਾ, ਜੋ ਰੱਬ ਚਾਹੁੰਦਾ ਵਾ ਸਭ ਕੁਛ ਹੋਊਗਾ। ਆਈ ਹੋਪ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ। ਅਗਰ ਜਾਣਕਾਰੀ ਵਧੀਆ ਲੱਗੀ ਹੋਊਗੀ ਤਾਂ ਸ਼ੇਅਰ ਜ਼ਰੂਰ ਕਰੋ ਮੇਰਾ ਭਰਾ। ਹਾਂਜੀ, ਤੁਸੀਂ ਇਹ ਕਹਿਣਾ ਇਹਨੇ ਸਭ ਕੁਛ ਦੱਸਤਾ ਵਾ, ਇਹ ਭੁੱਲ ਗਿਆ ਵਾ ਕਿ ਬੈਂਕ ਸਟੇਟਮੈਂਟ ਲੱਗੂਗੀ ਕਿ ਨਹੀਂ ਲੱਗੂਗੀ। ਨਹੀਂ ਭਾਅ ਜੀ, ਅਗਰ ਤੁਸੀਂ UAE ਤੋਂ ਅਪਲਾਈ ਕਰ ਰਹੇ ਹਾਂ ਤਾਂ ਬੈਂਕ ਸਟੇਟਮੈਂਟ ਨਹੀਂ ਲੱਗੂਗੀ। 4 ਤੋਂ 5 ਹਜ਼ਾਰ ਤੁਹਾਡੇ ਕੋਲ ਚਾਹੀਦਾ ਵਾ ਦਰਾਮ, ਅਗਰ ਉੱਥੇ ਜਾਣਾ ਵਾ। ਇੰਨਾ ਐਕਸਪੈਂਸ ਆ ਜਾਂਦਾ ਵਾ ਘੁੰਮਣ ਫਿਰਨ ਦਾ। ਬਹੁਤ ਵਧੀਆ ਕੰਟਰੀ ਆ, ਨੀਟ ਐਂਡ ਕਲੀਨ ਆ, ਅਮੇਜ਼ਿੰਗ। ਸੈਂਟ ਪੀਟਰਸਬਰਗ ਦੇ ਤਾਂ ਕਿਆ ਕਹਿਣੇ, ਨਾਈਟ ਲਾਈਫ ਦੇ ਤਾਂ ਕਿਆ ਕਹਿਣੇ ਆ ਜੀ। ਨਾਈਟ ਲਾਈਫ ਦੇਖੋ, ਨਵੇਂ ਨਵੇਂ ਫਰੈਂਡਸ ਬਣਾਓ, ਫਰੈਂਡਲੀ ਪੀਪਲ ਆ ਉੱਥੇ। ਅਗਰ ਤੁਸੀਂ ਚਾਹੁੰਦੇ ਆ ਉੱਥੇ ਫਰੀ ਰਹਿਣਾ
ਤੁਹਾਡੇ ਲਈ ਮੈਂ ਇੱਕ ਵੀਡੀਓ ਬਣਾ ਸਕਦਾ ਹਾਂ ਕਾਊ ਸਰਫਿੰਗ ਦੀ। ਅਗਰ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਦੱਸ ਦੂੰਗਾ ਉੱਥੇ ਫ੍ਰੀ ਕਿੱਦਾਂ ਰਹਿ ਸਕਦੇ ਹਾਂ। ਉੱਥੋਂ ਦੇ ਪੀਪਲ ਤੁਹਾਨੂੰ ਹੋਸਟ ਕਰਨਗੇ, ਸਾਰਾ ਰਿਲੀਜਨ ਦਿਖਾਉਣਗੇ ਕਿੱਦਾਂ ਕੀ ਆ, ਠੀਕ ਆ ਜੀ। ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਹੋਸਟ ਕਰੇ ਤਾਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਦਿਓ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਅਗਰ ਤੁਸੀਂ 50 ਕਮੈਂਟਸ ਕਰੋਗੇ ਤਾਂ ਮੈਂ ਉਸ 'ਤੇ ਵੀਡੀਓ ਬਣਾ ਕੇ ਦਊਂਗਾ ਤੁਹਾਨੂੰ। 50 ਕੀ, ਅਗਰ ਤੁਸੀਂ 5 ਵੀ ਕਮੈਂਟ ਕਰ ਦਿਓਗੇ ਤਾਂ ਵੀ ਤੁਹਾਨੂੰ ਮੈਂ ਵੀਡੀਓ ਬਣਾ ਕੇ ਦਊਂਗਾ ਕਾਊ ਸਰਫਿੰਗ ਦੀ, ਫ੍ਰੀ ਕਿੱਦਾਂ ਰਹਿ ਸਕਦੇ ਹੋ। ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਅਗਰ ਪਸੰਦ ਆਈ ਹੋਵੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਠੀਕ ਆ ਜੀ। ਚਲੋ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੇ ਕੰਸੈਪਟ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।